ਲਓਏ ਦੋਸਤੋ ਅੱਜ ਜੈਗਾ ਭਾਗਾ ਦੇਣਾ ਅੱਜ ਭਾਗਾ ਦੇਣਾ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰਨੇ ਆ ਭਰਾਏ ਆ ਭਰੋਣੇ ਆ ਅੱਜ ਉਹਨਾਂ ਆਸਤੇ ਕਲਿੱਕ ਦੇਣਾ ਅੱਜ ਹੋ ਗਿਆ 2 ਦਸੰਬਰ 2023 ਦਿਨ ਸ਼ਨੀਵਾਰ 2 ਡਿسمبر 2023 ਜਰਨਾਤ ਸਾਬਾਤੋ ਅੱਜ ਤੁਹਾਨੂੰ ਪਤਾ ਹੀ ਆ ਵੀ ਅੱਜ ਜਿਹੜਾ ਦਿਨ ਹੈਗਾ ਬਹੁਤ ਮੇਰੇ ਵੀਰਾਂ ਆਸਤੇ ਭਾਗਾਂ ਦਾ ਨਾਸ ਕਰਦੇ ਆਂ ਵੀ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰਨੇ ਆ ਭਰੌਣੇ ਆ ਹਨਾ ਤੇ ਸਾਰੇ ਸਫਲ ਹੋਣ ਕਿਉਂਕਿ ਅੱਜ ਜਿਹੜੀਆਂ ਕਿਸਮ ਤਾਂ ਬੰਦ ਹੋ ਜਾਣੀਆਂ ਸਰਕਾਰੀ ਦਰਬਾਰੇ ਸਰਕਾਰੀ ਦਫ਼ਤਰ ਦੇ ਵਿੱਚ ਜਿਹੜੀਆਂ ਪੇਪਰ ਜਿਹੜੇ ਕਲਿੱਕ ਹੋ ਜਾਣੇ ਆ ਸਾਲੇ ਪੇਪਰ ਜਿਹਨਾਂ ਨੂੰ ਨੌਨ ਸੀਜ਼ਨਲ ਪੇਪਰ ਕਹਿੰਦੇ ਆ ਸਾਲੇ ਪੇਪਰ ਜਿਹਨਾਂ ਦਾ ਕੋਟਾ 52 ਹਜ਼ਾਰ ਕੁਸ਼ ਕੋਟਾ ਹੈਗਾ ਉਹ ਪੇਪਰ ਅੱਜ ਕਲਿੱਕ ਹੋ ਜਾਣੇ ਆ ਤੇ ਕੈਸਮਤਾ ਹੋ ਜਾਣੀ ਹੈ ਬੰਦ ਤੇ ਵੇਟ ਕਰਨੀ ਪੈਣੀ ਹੈ ਕਦੋਂ ਨਿਕਲਦਾ ਕਦੋਂ ਨਹੀਂ ਬਾਕੀ ਅੱਜ ਦੋਸਤੋ ਵੀਡੀਓ ਦੇ ਜਾਣ ਤੋਂ ਪਹਿਲਾਂ ਮੈਂ ਇਹ ਦੱਸ ਦਿੰਦਾ ਵੀ ਅੱਜ ਕੋਈ ਇਟਾਲੀਅਨ ਖਬਰ ਨਹੀਂ ਗਈ ਸਾਰੀਆਂ ਖਬਰਾਂ ਇਹਨਾਂ ਦਿਨਾਂ ਦੇ ਵਿੱਚ ਖਬਰਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ ਇਮੀਗ੍ਰੇਸ਼ਨ ਦੀਆਂ ਇਮੀਗ੍ਰੇਸ਼ਨ ਦੇ ਸਵਾਲ ਜਵਾਬ ਵੀ ਸਾਰੇ ਮੇਰੇ ਵੀਰਾਂ ਦੇ ਕਿਸੇ ਨੂੰ ਕੋਈ ਡਾਊਟ ਨਾ ਰਹਿ ਜਾਏ ਹਨਾ ਕੋਈ ਕਹੇ ਮੇਰੇ ਵੀਰ ਦੇ ਦਿਮਾਗ 'ਚ ਕੋਈ ਡਾਊਟ ਨਾ ਰਹੇ ਇਸ ਕਰਕੇ ਆਪਾਂ ਤੁਹਾਡੇ ਕਮੈਂਟਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਕਮੈਂਟ ਹੀ ਇੰਨੇ ਆਉਂਦੇ ਆ ਵੀ ਸਾਰੇ ਤਾਂ ਨਹੀਂ ਪੜੇ ਜਾਂਦੇਗੇ ਜਿੰਨੇ ਹੋ ਸਕਦਾ ਉਹਨਾਂ ਕਦੇ ਜਵਾਬ ਦੇਵਾਂਗੇ ਇਹਨਾਂ ਕਮੈਂਟਾਂ ਦੇ ਵਿੱਚ ਉਹੀ ਕਮੈਂਟ ਮੈਂ ਜਵਾਬ ਦਊਂਗਾ ਵੀ ਜਿਨ੍ਹਾਂ ਦੇ ਵਿੱਚ ਜਾਣਕਾਰੀ ਹੋਊਗੀ ਵੱਧ ਤੋਂ ਵੱਧ ਜਾਣਕਾਰੀ ਤੁਹਾਡੇ ਵਾਸਤੇ ਇੰਡੀਆ ਤੋਂ ਜਿਹਨੇ ਆਉਣਾ ਜਿਹੜੇ ਇੱਥੇ ਰਹਿੰਦੇ ਮੇਰੇ ਵੀਰ ਤੇ ਜਾਂ ਕਿਸੇ ਵੀ ਮੇਰੇ ਵੀਰ ਨੂੰ ਇੱਥੇ ਕਿਸੇ ਕਿਸਮ ਦੀ ਕੋਈ ਲੋੜਾ ਇਟਲੀ ਦੇ ਵਿੱਚ ਰਹਿ ਕੇ ਹਨਾ ਉਹ ਸਾਰੇ ਕਮੈਂਟਾਂ ਦੇ ਜਵਾਬ ਦੇਵਾਂਗੇ ਸੋ ਦੋਸਤੋ 6 ਲੱਖ ਤੋਂ ਵੱਧ ਜਿਹੜੀਆਂ ਅਰਜ਼ੀਆਂ ਭਰੀਆਂ ਜਾ ਚੁੱਕੀਆਂ ਹਨ ਪੇਪਰ ਫਿਲ ਹੋ ਚੁੱਕੇ ਆ ਤਿੰਨ ਸਾਲਾਂ ਤਿੰਨ ਸਾਲਾਂ ਦਾ ਜਿਹੜਾ ਕੋਟਾ ਖੁੱਲਿਆ ਸੀਗਾ 452023 ਤੋਂ ਲੈ ਕੇ 2025 ਤੱਕ ਤੁਹਾਨੂੰ ਪਤਾ ਹੀ ਹੈ 452000 ਬੰਦਾ ਇਹਨਾਂ ਨੇ ਬੁਲਾਣਾ ਉਸ ਤੋਂ ਵੱਧ ਵੀ ਅਰਜ਼ੀਆਂ ਭਰੀਆਂ ਜਾ ਚੁੱਕੀਆਂ 6 ਲੱਖ ਤੋਂ ਵੱਧ ਜਿਹੜੀਆਂ ਪੇਪਰ ਭਰੇ ਜਾ ਚੁੱਕੇ ਆ ਤੇ ਹੁਣ ਅੱਜ ਡਿਪੈਂਡ ਕਰਦਾ ਕਲਿੱਕ ਹੋਣ ਤੇ ਵੀ ਕਿੰਨੇ ਪੇਪਰ ਕਲਿੱਕ ਹੁੰਦੇ ਇਹਦੇ ਤੋਂ ਤੇ ਸਰਕਾਰ ਹੈ ਕਰੀ ਫੇਰ ਚੱਕਰਾਂ ਦੇ ਵਿੱਚ ਪੈ ਚੁੱਕੀ ਆ ਬਈ ਅਸੀਂ ਤਾਂ ਤਿੰਨ ਸਾਲਾਂ ਵਾਸਤੇ ਕੋਟਾ ਇੰਨਾ ਕੱਢਿਆ ਸੀ ਤੇ ਇਹੇ ਪਹਿਲੇ ਸਾਲ ਹੀ ਇੰਨੀਆਂ ਐਪਲੀਕੇਸ਼ਨਾਂ ਦਰਜ ਹੋ ਚੁੱਕੀਆਂ ਅੱਗੇ ਚੱਲਦੇ ਆ ਅੱਗੇ ਇੱਕ ਵੀ ਦਿਨ ਤੱਕ ਪੈਂਡਿੰਗ ਜੀ ਬਈ ਸਟੇਟ ਵਾਈਜ਼ ਜ਼ਿਲ੍ਹਿਆਂ ਵਾਈਜ਼ ਕੋਟਾ ਕਦੋਂ ਜਾਰੂ ਜਾਰੀ ਹੋਊਗਾ ਸੋ ਦੋਸਤੋ ਹਜੇ ਤੱਕ ਕੋਈ ਇਹਦੀ ਅਪਡੇਟ ਨਹੀਂ ਆਈ ਕਿ ਕੋਈ ਖਬਰ ਸਾਹਮਣੇ ਨਹੀਂ ਆਈ ਨਹੀਂ ਆਏਗੀ ਜਦੋਂ ਆਊਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੋ ਸਕਦਾ ਬਈ ਅੱਜ ਇੱਕ ਲੱਖਾਂ ਸਾਰੇ ਪੇਪਰ ਕਲਿੱਕ ਹੋਣ ਤੋਂ ਬਾਅਦ ਹੋ ਸਕਦਾ ਇਹ ਸਰਕਾਰ ਐ ਬਾਇਓ ਡਾਟਾ ਸ਼ੇਅਰ ਕਰੂਗੀ ਕਿਉਂਕਿ ਪਤਾ ਲੱਗ ਜੂਗਾ ਸਰਕਾਰ ਨੂੰ ਬਈ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਕਿੰਨੇ ਪੇਪਰ ਕਲਿੱਕ ਹੋਏ ਆ ਤੇ ਕਿਹੜੇ ਜ਼ਿਲ੍ਹੇ ਨੂੰ ਕਿੰਨੇ ਪੇਪਰ ਮਤਲਬ ਕਿੰਨੇ ਬੰਦਿਆਂ ਦੀ ਲੋੜ ਆ ਕਿੰਨੇ ਬੰਦੇ ਦੇਣੇ ਹਨਾ ਇਹ ਮਤਲਬ ਲੇਬਰ ਕਿੰਨੀ ਦੇਣੀ ਹੈ ਕਿੰਨੇ ਦੀ ਲੋੜ ਹਨਾ ਉਸ ਹਿਸਾਬ ਨਾਲ ਹੋ ਸਕਦਾ ਬਾਅਦ ਚ ਸ਼ੇਅਰ ਕਰੇ ਸਰਕਾਰ ਅਗੇ ਇਟਲੀ ਦੇ ਵਿੱਚ ਜੇ ਆਪਾਂ ਬੈਂਕ ਅਕਾਊਂਟ ਖੁਲਾਉਣਾ ਹੈ ਕਿ ਮੇਰੇ ਵੀਰ ਦਾ ਕਮੈਂਟ ਸੀ ਵੀ ਜੇ ਬੈਂਕ ਅਕਾਊਂਟ ਖੁਲਾਉਣਾ ਕਿਹੜੇ ਕਿਹੜੇ ਡਾਕੂਮੈਂਟ ਜ਼ਰੂਰੀ ਹੈ ਸੋ ਦੋਸਤੋ ਜੇਕਰ ਤੁਸੀਂ ਬੈਂਕ ਦੇ ਵਿੱਚ ਜਾਂ ਪੋਸਟੇ ਦੇ ਵਿੱਚ ਕੋਈ ਅਕਾਊਂਟ ਖਾਤਾ ਖੁਲਾਉਣਾ ਸਭ ਤੋਂ ਪਹਿਲਾਂ ਤਾਂ ਤੁਹਾਡੇ ਘਰ ਦਾ ਅਪਰੂਵ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਹਾਡਾ ਕਾਰਤਾ ਦੇਣ ਤਾ ਕੋਡ ਵੀ ਸਕਾਲੇ ਤੇ ਪਾਸਵਰਡ ਇਹ ਇਹ ਡਾਕੂਮੈਂਟ ਵਗੈਰਾ ਹੋਣਾ ਜ਼ਰੂਰੀ ਹੈ ਤੇ ਬਾਕੀ ਵੀ ਤੇਰੇ ਜਾਣਕਾਰੀ ਆਸਤੇ ਹੁਣ ਮੈਨੂੰ ਇੰਨਾ ਜਾਇਦੇ ਪਤਾ ਤਾਂ ਹੈ ਨਹੀਂ ਮੈਂ ਵਕੀਲ ਤਾਂ ਹੈ ਨਹੀਂ ਹਣ ਤੇ ਤੁਸੀਂ ਨੇੜੇ ਦੇ ਜਿਹੜਾ ਬੈਂਕ ਪੈਂਦਾ ਕੋਈ ਵੀ ਬੈਂਕਾਂ ਨੇੜੇ ਪੈਂਦਾ ਉੱਥੇ ਜਾ ਕੇ ਜਾਂ ਪੋਸਟੇ ਦੇ ਵਿੱਚ ਵੀ ਤੁਸੀਂ ਅਕਾਊਂਟ ਖੁਲਾ ਸਕਦੇ ਆ ਤੇ ਪੋਸਟੇ ਦੇ ਵਿੱਚ ਵੀ ਜਾ ਕੇ ਤੁਸੀਂ ਪਤਾ ਕਰ ਲੋ ਵੇ ਕਿਹੜੇ ਕਿ ਡਾਕੂਮੈਂਟ ਚਾਹੀਦੇ ਆ ਕਿਵੇਂ ਖੋਲ ਸਕਦਾ ਅਗੇ ਅੰਬੈਸੀ ਦੀਆਂ ਅਪਾਇੰਟਮੈਂਟਾਂ ਅੰਬੈਸੀ ਦੀਆਂ ਅਪਾਇੰਟਮੈਂਟਾਂ ਬਾਰੇ ਪੁੱਛਦੇ ਵੀਰ ਹਜੇ ਤੱਕ ਫਿਰ ਹਾਲਾਤ ਬੰਦ ਆ ਰਹੀਆਂ ਕੋਈ ਅੰਬੈਸੀ ਵੱਲੋਂ ਕੋਈ ਅਪਡੇਟ ਨਹੀਂ ਆ ਰਹੀ ਕਿ ਤੇ ਬਾਕੀ ਜਿਹੜੇ ਮੇਰੇ ਵੀਰ ਆਪ ਚੱਕ ਸਕਦੇ ਆ ਤੇ ਤੁਹਾਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਆਨਲਾਈਨ ਤੇ ਜਿੰਨਾ ਮੇਰੇ ਵੀਰਾਂ ਨੇ ਕਿਸੇ ਤੋਂ ਚਕਾਉਣੀਆਂ ਤੇ ਆਪਾਂ ਦਾ चौहान ਵੀਰ ਦਾ ਰੈਫਰੈਂਸ ਦਿੰਨੇ ਹੁੰਦੇ ਆ ਚੋਹਾਨਵੀਰ ਦੇ ਟੱਚ ਦੇ ਵਿੱਚ ਰਹੋ ਜਿਨ੍ਹਾਂ ਵੀ ਵੀਰ ਨੇ ਐਂਬੈਸੀ ਦੀ ਅਪਾਇੰਟਮੈਂਟ ਲੈਣੀ ਹੈ ਅੱਗੇ ਗੱਲ ਕਰਦੇ ਹਾਂ ਕੱਲ ਮੈਂ ਇੱਕ ਖਬਰ ਸ਼ੇਅਰ ਕੀਤੀ ਸੀ ਕਿ ਖਬਰ ਨਹੀਂ ਸੀਗੀ ਵੀਰ ਦਾ ਕਮੈਂਟ ਸੀਗਾ ਵੀ ਮੋਡੇਲੋ 209 ਇਹ ਵੀਰ ਜਿਹੜੇ ਇੱਥੇ ਆ ਰਹੇ ਆ ਉਹਨਾਂ ਵਿੱਚੋਂ ਇੱਕ ਵੀਰ ਦਾ ਕਮੈਂਟ ਸੀਗਾ ਵੀ ਫਿੰਗਰ ਹੋ ਗਿਆ ਤੇ ਜਿਹੜਾ ਕਸਤੂਰਾ ਵਾਲਿਆਂ ਨੇ ਫਿੰਗਰਾਂ ਤੇ ਮੋਡੇਲੋ 209 ਮੰਗਿਆ ਤੇ ਮਾਲਕ ਕਹਿੰਦਾ ਵੀ ਪਰਫਾ ਤੁਰੇ ਦੇ ਵਿੱਚ ਅਪਾਇੰਟਮੈਂਟਾਂ ਨਹੀਂ ਮਿਲੀਆਂ ਸੋ ਦੋਸਤੋ ਜਿਹੜਾ ਮੋਡੈਲੋ 209 ਹੈ ਪਹਿਲੀ ਗੱਲ ਤਾਂ ਤੁਹਾਨੂੰ ਜਦੋਂ ਕੈਟ ਜਮਾ ਕਰਦੇ ਆਂ ਡਾਕਖਾਨੇ ਦੇ ਵਿੱਚ ਉਦੋਂ ਹੀ ਦੇਣੀ ਪੈਂਦੀ ਹੈ ਮੋਡੈਲੋ 209 ਭਰ ਕੇ ਮੋਡੈਲੋ 209 ਮੋਡੈਲੋ 2 ਦੇ ਵਿੱਚ ਹੁੰਦਾ ਤੇ ਇਹ ਉਸੇ ਵੇਲੇ ਭਰ ਕੇ ਦੇਣਾ ਪੈਂਦਾ ਪਰ ਇਹਦੇ ਵਿੱਚ ਇਹਦਾ ਮੈਂ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਦਾ ਮੋਡੈਲੋ 209 ਦਾ ਇਹਦੇ ਵਿੱਚ ਕੋਈ ਵੱਡੀ ਪਰਨ ਵਾਲੀ ਚੀਜ਼ ਨਹੀਂ ਗੀ ਵੀ ਜਿਹੜੀ ਪਰਫਾ ਤੁਰੇ ਨੇ ਭਰਨੀ ਆ ਇਹਦੇ ਵਿੱਚ ਤੁਸੀਂ ਆਪਣਾ ਬਾਇਓ ਡਾਟਾ ਭਰਨਾ ਇਹ ਡਾਕੂਮੈਂਟ ਹੈ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਸ਼ੇਅਰ ਕਰ ਦਿੰਦਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਤੇ ਆਪਣਾ ਬਾਇਓ ਡਾਟਾ ਭਰਨਾ ਵੀ ਕਿਹੜੇ ਤੁਹਾਡਾ ਕੀ ਨਾਮ ਆ ਜੇਡ ਆਫ ਬਰਥ ਵਗੈਰਾ ਭਰ ਕੇ ਵੀ ਕਿਹੜੇ ਵੀਜ਼ੇ ਤੇ ਆਏ ਆ ਕਿੰਨਾ ਵੀਜ਼ਾ ਕਿੰਨਾ ਚਿਰ ਦਾ ਵੀਜ਼ਾ ਤੇ ਕਿਦੋਂ ਤੋਂ ਸਟਾਰਟ ਆ ਕਿਦੋਂ ਖਤਮ ਆ ਬਸ ਇਹੀ ਮੋਡੇਲੋ 209 ਦਾ ਇਹ ਮਾਰ ਲ ਇਹੇ ਭਰਨਾ ਹੁੰਦਾ ਵੀ ਤੁਹਾਡਾ ਐਂਟਰੀ ਦਾ ਬੇਸ ਕੀ ਹੈ ਵੀ ਕਿਹੜੇ ਬੇਸ ਤੇ ਆਏ ਆ ਕਿੰਨਾ ਵੀਜ਼ਾ ਕੀ ਕੁਛ ਆ ਹੋਰ ਕੁਛ ਨਹੀਂ ਪਰ ਫਾ ਤੂਰੀਏ ਤੋਂ ਮਤਲਬ ਇਹਦੇ ਵਿੱਚ ਕੁਛ ਨਹੀਂ ਭਰਨਾ ਹੁੰਦਾ ਸੋ ਮੇਰੇ ਵੀਰ ਇਸ ਗੱਲ ਦਾ ਵੀ ਖਾਸ ਧਿਆਨ ਰੱਖਣ ਜਿਹੜੇ ਨਵੇਂ ਆ ਰਹੇ ਆ ਅੱਗੇ ਡੋਮੈਸਟਿਕ ਪੇਪਰਾਂ ਦਾ ਵੀਜ਼ਾ ਕਿੰਨੇ ਟਾਈਮ ਦਾ ਹੁੰਦਾ ਕਮੈਂਟ ਸੀਗਾ ਮੇਰੇ ਵੀਰ ਦਾ ਵੀ ਸਾਲ ਦਾ ਵੀਜ਼ਾ ਹੁੰਦਾ 3 ਮਹੀਨੇ ਦਾ 9 ਮਹੀਨੇ ਦਾ ਸੋ ਦੋਸਤੋ ਡੋਮੈਸਟਿਕ ਪੇਪਰ ਜਿਹੜੇ ਨਾਨ ਸੀਜ਼ਨਲ ਵਾਲੇ ਕੋਟੇ ਦੇ ਵਿੱਚ ਆਉਂਦੇ ਆ ਇਹਦਾ ਵੀਜ਼ਾ ਤੁਹਾਨੂੰ ਸਾਲ ਦਾ ਹੀ ਮਿਲੂਗਾ ਸਾਲ ਦਾ ਵੀਜ਼ਾ ਮਿਲੂਗਾ ਉਸ ਤੋਂ ਬਾਅਦ ਜਦੋਂ ਤੁਸੀਂ ਪਹਿਲੀ ਸਜੋਰ ਤੋਂ ਤੁਹਾਨੂੰ ਉਹ ਸਾਲ ਦੀ ਮਿਲੂਗੀ ਉਸ ਤੋਂ ਬਾਅਦ ਜਦੋਂ ਰੀਨਿਊ ਕਰਾਓਗੇ ਉਹੀ ਸਾਲ ਦੀ ਸਜੋਰ ਤੋਂ ਫੇਰ ਤਿੰਨ ਸਾਲਾਂ ਦੀ ਮਿਲੂਗੀ ਅੱਗੇ ਕਿਹੜੇ ਪੇਪਰ ਛੇਤੀ ਨਿਕਲਣਗੇ ਵਕੀਲ ਵਾਲੇ ਜਾਂ ਮਾਲਕ ਵਾਲੇ ਇਹ ਮੇਰੇ ਵੀਰ ਦਾ ਕਮੈਂਟ ਸੀਗਾ ਇੱਕ ਨਹੀਂ ਬਹੁਤ ਐਡੇ ਕਮੈਂਟ ਸੀਗੇ ਵੇ ਵਕੀਲ ਨੇ ਜਿਹੜੇ ਪੇਪਰ ਕਲਿੱਕ ਕੀਤੇ ਆ ਉਹ ਪਹਿਲਾਂ ਨਿਕਲਣਗੇ ਕਿ ਜਾਂ ਮਾਲਕ ਨੇ ਕਲਿੱਕ ਕੀਤੇ ਆ ਉਹ ਪਹਿਲਾਂ ਨਿਕਲਣਗੇ ਸੋ ਦੋਸਤੋ ਇਹ ਆਟੋਮੈਟਿਕ ਸਿਸਟਮ ਆ ਕੰਪਿਊਟਰਾਈਜ਼ ਹੈ ਨਾ ਤੇ ਇਹ ਹੀ ਕਲਿੱਕ ਤੇ ਡਿਪੈਂਡ ਕਰਨਾ ਵੀ ਕਿਹੜੇ ਪੇਪਰ ਕਲਿੱਕ ਹੋਏ ਆ ਪਹਿਲਾਂ ਮਤਲਬ ਕਿਨੇ ਕਲਿੱਕ ਕਾ ਪਹਿਲਾਂ ਕਰਤੀ ਭਲਾ ਵਕੀਲ ਨੇ ਕੀਤੀ ਆ ਭਾ ਮਾਲਕ ਨੇ ਕੀਤੀ ਆ ਭਾ ਤੁਸੀਂ ਘਰੋਂ ਬੈਠ ਕੇ ਕੀਤੀ ਆ ਉਸ ਤੋਂ ਬਾਅਦ ਇਹ ਕੰਪਿਊਟਰਾਈਜ਼ਡ ਸਿਸਟਮਾ ਮਤਲਬ ਸੀਰੀਅਲ ਵਾਈਜ਼ ਇਹ ਨਿਕਲਣਗੇ ਤੇ ਹੋਰ ਇਹਦੇ ਵਿੱਚ ਕੋਈ ਮੈਨੇ ਨਹੀਂ ਰੱਖਦਾ ਵੀ ਵਕੀਲ ਦੇ ਭਰੇ ਛੇਤੀ ਨਿਕਲਣਗੇ ਜਾਂ ਮਾਲਕ ਵਾਲੇ ਛੇਤੀ ਨਿਕਲਣਗੇ 5 ਸਾਲ ਦੀ ਕਾਰਤਾ ਦੀ ਸਜੋਰ ਨੂੰ ਆ ਵੀਰ ਕਹਿੰਦਾ ਵੀ ਆਪਾਂ ਇੰਡੀਆ ਕਿੰਨਾ ਚੱਲ ਰਹਿ ਸਕਦੇ ਆ ਜੇਕਰ ਆਪਣੇ ਕੋਲ 5 ਸਾਲ ਦੀ ਕਾਰਤਾ ਦੀ ਸਜੋਰ ਨੂੰ ਜਿਹਨੂੰ ਆਪਾਂ ਕਹਿ ਦਿੰਦੇ ਆ ਐ ਜਿਹੜੀ ਸਜੋਰ ਲੰਗੋ ਪੀਰੀਓਡੋ ਉਹਦੇ ਤੇ ਜਿਹੜਾ ਨਾਰਮਲ ਟਾਈਮ ਆ ਆਪਾਂ ਇੰਡੀਆ 6 ਮਹੀਨੇ ਤੱਕ ਰਹਿ ਸਕਦੇ ਆ 6 ਮਹੀਨੇ ਤੱਕ ਰਹਿ ਸਕਦਾ ਬਿਨਾਂ ਰਿਕਵਰਡ ਦੇ ਬਿਨਾਂ ਰਿਕਵਰਡ ਦੇ ਮੈਂ ਫੇਰ ਕਹਿਣਾ ਹੁੰਦਾ ਬਿਨਾਂ ਰਿਕਵਰਡ ਉਹ ਹੁੰਦਾ ਵੀ ਜੇਕਰ ਤੁਹਾਨੂੰ ਇੰਡੀਆ ਗਿਆ ਨੂੰ ਕੋਈ ਰੱਬ ਨਾ ਕਰੇ ਕੋਈ ਬਿਮਾਰਸ਼ਮਾਰ ਹੋ ਜਾ ਜਾਂ ਹੋਰ ਕੋਈ ਕਾਰਨ ਪੈ ਜੇ ਤੁਹਾਡੇ ਤੇ ਉਹਦਾ ਨਾਲ ਫੇਰ ਜੇ ਲੇਟ ਹੋ ਜਾਂਦੇ ਆ ਨਾਲ ਉਹਦੀ ਡਾਕੂਮੈਂਟ ਲਾਉਣੇ ਪੈਣੇ ਆ ਵੀ ਮੈਂ ਇਸ ਕਰਕੇ ਲੇਟ ਹੋ ਗਿਆ ਇਸ ਕਰਕੇ ਨਹੀਂ ਮੈਥੋ ਆਇਆ ਗਿਆ ਅੱਗੇ 12 ਦਸੰਬਰ ਨੂੰ ਐਕਸਪਾਇਰ ਨੂੰ ਲਾਫਸਤਾ ਹੋ ਰਿਹਾ ਮੇਰੇ ਵੀਰ ਦਾ ਇੱਕ ਨਾ ਕਮੈਂਟ ਸੀ ਵੀ 12 ਦਸੰਬਰ ਨੂੰ ਨੂੰ ਲਾਫਸਤਾ ਐਕਸਪਾਇਰ ਹੋ ਰਿਹਾ ਅੰਬੈਸੀ ਦੀ ਅਪਾਇੰਟਮੈਂਟ ਨਹੀਂ ਮਿਲ ਰਹੀ ਕੀ ਕੀਤਾ ਜਾਵੇ ਸੋ ਦੋਸਤੋ ਜੇ 12 ਦਸੰਬਰ ਨੂੰ ਨੂੰ ਲਾਫਸਤਾ ਐਕਸਪਾਇਰ ਹੋ ਰਿਹਾ ਜਦੋਂ ਤੁਸੀਂ ਅੰਬੈਸੀ ਨੂੰ ਕਾਲ ਕਰੋ ਵੀ ਇੰਨੀ ਤਰੀਕ ਨੂੰ ਮੇਰਾ ਨੂੰ ਲਾਫਸਤਾ ਐਕਸਪਾਇਰ ਜਾਂ ਤੁਸੀਂ ਸਿੱਧੇ ਵੀਐਫਐਸ ਜਾ ਸਕਦੇ ਵੀਐਫਐਸ ਤੇ ਦਫ਼ਤਰ ਜਾ ਸਕਦੇ ਆ ਅੰਬੈਸੀ ਦੇ ਜਾ ਸਕਦੇ ਆ ਪੇਸ਼ ਹੋ ਸਕਦੇ ਆ ਉਹਨਾਂ ਨੂੰ ਕਹਿ ਸਕਦੇ ਆ ਤੁਹਾਡਾ ਨੂਲਾ ਉਸਤਾਫ ਜਮਾ ਹੋ ਜਾਊਗਾ ਕੋਈ ਚੱਕਰ ਨਹੀਂ ਗਾ ਜੇਕਰ ਐਕਸਪਾਇਰ ਹੋਣ ਦੇ ਨੇੜੇ ਆ ਅੱਗੇ ਇਟਲੀ ਦੇ ਵਿੱਚ 8-10 ਸਾਲ ਲਾ ਕੇ ਇੰਗਲੈਂਡ ਦੇ ਵਿੱਚ ਪੱਕੇ ਸੈਟਿੰਗ ਹੋ ਸਕਦੀ ਹੈ ਕਿ ਨਹੀਂ ਜ਼ਰੂਰ ਹੋ ਸਕਦੀ ਹੈ ਦੋਸਤੋ ਜੇਕਰ ਤੁਸੀਂ ਇਟਲੀ ਦੇ ਵਿੱਚ 8 8 ਨਹੀਂ 8 ਨਹੀਂ 10 ਸਾਲ ਰੈਜ਼ੀਡੈਂਸਾ ਲੈ ਕੇ ਉਸ ਤੋਂ ਬਾਅਦ ਪਾਸਪੋਰਟ ਲੈ ਕੇ ਇੰਗਲੈਂਡ ਦੇ ਵਿੱਚ ਸੈਟਿੰਗ ਕਰਨਾ ਚਾਹੁੰਦੇ ਹੋ ਕੋਈ ਚੱਕਰ ਨਹੀਂ ਲਾਈਫ ਸੈਟ ਕਰ ਸਕਦੇ ਹੋ ਤੁਸੀਂ ਇੰਗਲੈਂਡ ਦੇ ਵਿੱਚ ਪਰ ਅਸੀਂ ਵੇਖਿਆ ਇਹ ਤਯਰਬਾ तकरीबन ਵੀ ਜਿਹੜੇ ਜਿਨ੍ਹਾਂ ਦੀ ਲਾਈਫ ਇਟਲੀ ਦੇ ਵਿੱਚ ਸੈਟ ਹੈ ਨਾ 8-10 ਸਾਲ ਜਿਨ੍ਹਾਂ ਨੇ ਇਟਲੀ ਦੇ ਵਿੱਚ ਲਾ ਲਏ ਉਹ ਕਿਸੇ ਹੋਰ ਕੰਟਰੀ ਵੱਲ ਨੱਕ ਨਹੀਂ ਕਰਦਾਗਾ ਛੇਤੀ ਕਿਤੇ ਤਾਂ ਜਿੰਨਾ ਚਿਰ ਕਾਮਕਾਰ ਦੀ ਸੈਟਿੰਗ ਵਗੈਰਾ ਨਹੀਂ ਹਿਲਦੀ ਨਾ ਜਿਨ੍ਹਾਂ ਦੀ ਕਾਮਕਾਰ ਦੀ ਸੈਟਿੰਗ ਇਟਲੀ ਦੇ ਵਿੱਚ ਹੈਗੀ ਆ ਉਹ ਨਾ ਇੰਗਲੈਂਡ ਤੇ ਜੇ ਕੋਈ ਕਵੇ ਅਮਰੀਕਾ ਲੈ ਜੂ ਤਾਵੇਂ ਨਹੀਂ ਜਾਂਦਾ ਅਮਰੀਕਾ ਨੂੰ ਨਹੀਂ ਜਾਂਦਾ ਅੱਗੇ ਪੇਪਰ ਭਰਨ ਵੇਲੇ ਪਾਸਪੋਰਟ ਨਹੀਂ ਲਿਆ ਏਜੰਟ ਨੇ ਕਹਿੰਦਾ ਵੀ ਕੱਲਾ ਨਾਮ ਹੀ ਕਾਫੀ ਆ ਸੋ ਦੋਸਤੋ ਇੱਥੇ ਵੀ ਇੱਕ ਗੱਲ ਦਾ ਖਿਆਲ ਰੱਖਿਓ ਜਿਹੜੇ ਏਜੰਟ ਕਹਿੰਦੇ ਵੀ ਕੱਲਾ ਨਾਮ ਹੀ ਕਾਫੀ ਆ ਇਹ ਗਲਤ ਆ ਤੁਹਾਡੇ ਪੇਪਰ ਭਰੇ ਜਾਣਗੇ ਕੱਲੇ ਨਾਮ ਤੇ ਹੀ ਭਰੇ ਜਾਣਗੇ ਨਾਮ ਤੇ ਡੇਟ ਆਫ ਬਰਥ ਤੇ ਵੀ ਪੇਪਰ ਫਿਲ ਹੋ ਜਾਂਦੇ ਆ ਪਰਾ ਜਦੋਂ ਪੋਰਫਾਈਲ ਤਿਆਰ ਕਰਦੇ ਆ ਉਹਦੇ ਵਿੱਚ ਆਪਣਾ ਪਾਸਪੋਰਟ ਦਾ ਬਾਇਓ ਡਾਟਾ ਦੇਣਾ ਜ਼ਰੂਰੀ ਹੁੰਦਾ ਪਾਸਪੋਰਟ ਨੰਬਰ ਐਕਸਪਾਇਰੀ ਡੇਟ ਪਾਸਪੋਰਟ ਦੀ ਹਨਾ ਜਾਰੀ ਕਰਨ ਦੀ ਤਰੀਕ ਇਹ ਸਾਰਾ ਕੁਝ ਜ਼ਰੂਰੀ ਹੁੰਦਾ ਉਹੀ ਫੇਰ ਗੱਲ ਆ ਜਾਂਦੀ ਨੇ ਵੀ ਇਹ ਜੇ ਪੇਪਰ ਭਰੇ ਜ਼ਰੂਰ ਜਾਣਗੇ ਤੇ ਪਰ ਅਧ ਪਚਦੇ ਰਹਿ ਜਾਣਗੇ ਅਧ ਪਚਦੇ ਦਾ ਮਤਲਬ ਇਹ ਆ ਵੀ ਪੂਰੀ ਡਾਕੂਮੈਂਟੇਸ਼ਨ ਪੂਰੀ ਕਾਗਜ਼ੀ ਕਾਰਵਾਈ ਨਹੀਂ ਹੋਣੀਗੀ ਸੋ ਇਹ ਗੱਲ ਤਾਂ ਜਿਹੜੇ ਮੇਰੇ ਵੀਰ ਕਹਿੰਦੇ ਆ ਵੀ ਏਜੰਟ ਨੇ ਪਾਸਪੋਰਟ ਦੀ ਫੋਟੋ ਕਾਪੀ ਫੋਟੋ ਕਾਪੀ ਵੀ ਨਾਲ ਲਉਣੀ ਪੈਂਦੀ ਆ ਅਟੈਚ ਕਰਨੀ ਪੈਂਦੀ ਆ ਪਾਸਪੋਰਟ ਦੀ ਅੱਗੇ ਫੈਮਿਲੀ ਵੀਜ਼ਾ ਤੇ ਫੈਮਿਲੀ ਨੂੰ ਲਾ ਉਸ ਤੱਕ ਵੀ ਕਿੰਨਾ ਟਾਈਮ ਲੱਗਦਾ ਸੋ ਦੋਸਤੋ ਫੈਮਿਲੀ ਨੂੰ ਲਾ ਉਸ ਤੱਕ ਨਿਕਲ ਨੂੰ ਤਕਰੀਬਨ 6 ਮਹੀਨੇ ਦਾ ਟਾਈਮ ਪਰ ਫਾਟੂਰਾ ਲੈਂਦਾ ਹੁੰਦਾ 6 ਮਹੀਨੇ ਦੇ ਵਿੱਚ ਵਿੱਚ ਜਾਂ 6 ਮਹੀਨੇ ਤੋਂ ਵੱਧ ਵੀ ਲੈ ਸਕਦਾ ਤੇ ਜਿਹੜਾ ਫੈਮਿਲੀ ਵੀਜ਼ਾ ਫੈਮਿਲੀ ਵੀਜ਼ਾ ਡਿਪੈਂਡ ਕਰਦਾ ਐਮਬੈਸੀ ਦੇ ਉੱਤੇ ਵੀ ਕਿੰਨਾ ਟਾਈਮ ਲੈਂਦੀ ਐ ਐਮਬੈਸੀ ਹਣਾ ਵਿ ਕੀ ਪ੍ਰੋਸੈਸ ਅੰਬੈਸੀ ਦਾ ਅੱਗੇ ਲਾਸਟ ਦੇ ਕੰਮ ਨਿਕਲਾ ਨਾਪੋਲੀ ਦੇ ਨੇੜੇ ਕੰਮ 1300 ਯੂਰੋ ਤਨਖਾਹ ਕਾਰੋ ਪਾਣੀ ਆਉਂਦੀ ਹੋਵੇ ਸਤਾਲੇ ਦਾ ਕੰਮ ਆ ਸਤਾਲੇ ਦਾ ਵਿੱਚ ਕਾਰੋ ਕਾਰੋ ਤੁਹਾਨੂੰ ਪਤਾ ਹੀ ਹੈ ਵੀ ਪੱਠੇ ਜਿਹੜੇ ਮਿਕਸ ਕਰਕੇ ਫੀਡ ਮਿਕਸ ਕਰਕੇ ਪੱਠਿਆਂ ਦੇ ਵਿੱਚ ਉਹ ਪਾਣੀ ਆਉਂਦੀ ਹੋਵੇ ਪੇਪਰ ਵਾਲਾ ਬੰਦਾ ਚਾਹੀਦਾ 1300 ਯੂਰੋ ਤਨਖਾਹ ਰੈਸ਼ ਰੋਟੀ ਪਾਣੀ ਉੱਥੇ ਆ ਉਹੀ ਮੇਰੇ ਵੀਰ ਕਮੈਂਟ ਕਰਨ ਜਿਨ੍ਹਾਂ ਕੋਲੇ ਪੇਪਰ ਹੈਗੇ ਤੇ ਕਾਰੋ ਪਾਣੀ ਆਉਂਦੀ ਹੋਵੇ ਕੋਈ ਕੱਚਾ ਬੰਦਾ ਜਾਂ ਕੋਈ ਜਿਹਨੂੰ ਤਜਰਬਾ ਹੈ ਨਹੀਂਗਾ ਉਹ ਮੇਰਾ ਵੀਰ ਕਮੈਂਟ ਨਾ ਕਰੇ ਰਿਕੁਐਸਟ ਈ ਹੈ ਬਾਕੀ ਕਈ ਮੇਰੇ ਵੀਰ ਕਹਿੰਦੇ ਆ ਵੀ ਇੱਥੇ ਕਮੈਂਟ ਕਰਦੇ ਹੁੰਦੇ ਆ ਵੀ ਭਾਈ ਸਾਨੂੰ 8 ਦਿਨ ਹੋ ਗਏ ਕੋਈ ਕਹਿੰਦਾ ਮੈਨੂੰ 15 ਦਿਨ ਹੋ ਗਏ ਆਏ ਨੂੰ ਕੋਈ ਕਹਿੰਦਾ ਮਹੀਨਾ ਹੋ ਗਿਆ ਆਏ ਨੂੰ ਕੋਈ ਕਹਿੰਦਾ 2 ਮਹੀਨੇ ਹੋ ਗਏ ਆਏ ਨੂੰ ਕੰਮ ਨਹੀਂ ਮਿਲਿਆ ਸੋ ਦੋਸਤੋ ਡਟੇ ਰਹੋ ਕਿਉਂਕਿ ਮੈਂ ਆਪਦੀ ਗੱਲ ਆਦਾ ਵੀ ਮੈਨੂੰ ਖੁਦ ਨੂੰ 11 ਮਹੀਨੇ 6 ਦਿਨ ਬਾਅਦ ਕੰਮ ਮਿਲਿਆ ਸੀਗਾ ਇਟਲੀ ਦੇ ਵਿੱਚ ਆ ਕੇ ਜਦੋਂ ਇਟਲੀ ਚ ਆਇਆ ਸੀ ਮੈਂ ਪਹਿਲੀ ਵਾਰੀ 11 ਮਹੀਨੇ ਤੇ 6 ਦਿਨ ਮੈਂ ਵਿਹਲਾ ਬੈਠਾ ਰਿਆ ਉਹਨਾਂ ਟਾਈਮਾਂ ਦੇ ਵਿੱਚ ਤੇ ਬਾਕੀ ਹੌਸਾ ਨਹੀਂ ਹਾਰੀਦਾ ਹੁੰਦਾ ਕੰਮ ਮਿਲ ਜਾਂਦਾ ਹੈ ਹੌਲੀ ਹੌਲੀ ਕੰਮ ਮਿਲਦਾ ਅੱਜ 2 ਦਿਨ ਮਿਲ ਗਿਆ ਅਗਲੇ ਹਫ਼ਤੇ 4 ਦਿਨ ਫੇਰ ਇਸ ਤਰ੍ਹਾਂ ਹੀ ਬੰਦੇ ਦੇ ਪੈਰ ਲੱਗਦੇ ਆ ਇਹ ਨਹੀਂ ਹੁੰਦਾ ਵੀ ਜ਼ਰੂਰੀ ਵੀ ਤੁਸੀਂ ਆਉਂਦੇ ਹੀ ਕਹਿ ਦਿਓ ਵੀ ਜਾਂਦੇ ਹੀ ਅਸੀਂ ਕੰਮ ਦੇ ਲੱਗ ਜੀਏ ਉਹ ਜੋ ਜੋ ਹੋ ਜੂ ਇਸ ਤਰ੍ਹਾਂ ਦੀ ਕੋਈ ਗੱਲਬਾਤ ਏਟੀ ਦੇ ਵਿੱਚ ਨਹੀਂ ਹੁੰਦੀ। ਸੋ ਦੋਸਤੋ ਇਹੀ ਹੈ ਮੇ ਮੇਨ ਅਪਡੇਟ ਮੇ ਮੇਨ ਜਾਣਕਾਰੀ ਮਿਲਦੇ ਆ ਅਗਲੀ ਅਪਡੇਟ ਚ ਵੀ ਕਿੰਨੇ ਹੋਗੇ ਕਲੈਕ ਕੀ ਹੋ ਗਿਆ ਕੀ ਨਹੀਂ ਛੇਤੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਕਰਕੇ ਆਪਾਂ ਕਹਿੰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਸਸਰੀਕਾ ਰੱਬ ਰੱਖਾ।